ਸਤਿ ਸ਼੍ਰੀ ਅਕਾਲ ਚਾਲਿਆਂ ਨੂੰ ਜਪਨੂਰ ਵੱਲੋਂ ਚਾਲਿਆਂ ਨੂੰ ਸਤਿ ਸ਼੍ਰੀ ਅਕਾਲ। ਹੁਣੇ ਹੁਣੇ ਉੱਥੇ ਆਏ, ਨਹੀਂ ਮਤਲਬ ਦੁਬਾਰਾ ਉੱਠ ਗਿਆ, ਦੁਬਾਰਾ ਉੱਠਿਆ ਤੇ ਫਿਰ ਸੇ ਤੇ ਗੱਲਾਂ ਮਾਰਦਾ ਹੈ। ਟਾਈਮ ਕੀ ਹੋਇਆ ਹੈ? ਕੌਣ ਯਾਦ ਕਰਦਾ ਪੁੱਤ? ਕੌਣ ਯਾਦ ਕਰਦਾ? 11:15 ਕੌਣ ਯਾਦ ਕਰਦਾ ਜੀ? ਕੌਣ ਯਾਦ ਕਰਦਾ? ਗੱਲਾਂ ਸ਼ੁਰੂ ਹੋਈਆਂ ਹੀ ਆ ਪਾਪਾ ਦੇ ਨਾਲ। ਕੌਣ ਯਾਦ ਕਰਦਾ? ਸਿਰ ਟਕੋ ਦਾ ਕੈਪ ਉਤਰ ਗਈ। ਜਪਨੂਰ ਨੋਨੇ ਕਿੱਥੇ ਦੇਖਦਾ ਸੀ? ਕਮਰੇ ਚ ਨਾ ਹਨੇਰਾ ਹੋਇਆ ਪਿਆ ਬੈਲੂਨ ਕਰਨ। ਜਪਨੂਰ ਮਿਲ ਜੋ ਨਾ। ਹਾਂ ਕੀ ਲੈਣਾ ਸੀ? ਨਾ ਤੁਸੀਂ ਕੀ ਲੱਗੇ ਹੋਏ ਹੋ? ਸਵੇਰੇ ਸਵੇਰੇ ਕੋਈ ਕੰਮ ਕਰ ਲਓ। ਮੈਂ ਇਧਰ ਦੇਖ ਹੀ ਰਹੇ ਹੋ, ਸਿਰਫ ਸੁਣ ਨੀ ਰਹੇ ਹੋ। ਜਪਨੂਰ ਗੱਲਾਂ ਮਾਰਨ ਲੱਗ ਗਿਆ ਸੀਗਾ। ਕੈਪ ਪਾਓ ਉਹਦੇ ਉੱਤੇ, ਸਿਰ ਤੇ ਕੈਪ ਕਰੋ। ਲਓ ਬਈ ਜਪਨੂਰ ਹੁਣ ਮੁੰਡੇ, ਮੈਂ ਚਾਦਰ ਵਿਛਾਣੀ ਹੈ ਤੇ ਤੁਸੀਂ ਨਾ ਹਿੱਲਣ ਦੀ ਕੋਸ਼ਿਸ਼ ਕਰੋ। ਮੈਂ ਨਾ ਗਲੀਚਾ ਕੱਢਾਂਗੀ ਉੱਥੇ, ਟੈਚੀ ਜਿੱਦਣ ਉਤਾਰਿਆ ਨਾ ਇੱਥੇ ਵਿਛਾ ਦੇਣਾ ਕਰਨਾ, ਹੈਨਾ? ਇੱਥੇ ਇੰਨੀ ਥੋੜੀ ਜਿਹੀ ਜਗ੍ਹਾ ਹੈਗੀ ਨਾ, ਆ ਤੇ ਇੱਧਰ ਵੀ ਜਾਏਗਾ ਨਹੀਂ, ਪਰ ਇੱਧਰ ਚੌੜਾ ਹੈ, ਚੌੜਾਈ ਘੱਟ ਹੈਗੀ ਹੈ, ਇੱਥੇ ਆਊਗਾ। ਜਪਨੂਰ 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 ਬਸ ਹੁਣ ਨੀ ਇਹਨੇ ਸੋਣਾ, ਬਸ ਅੱਜ ਤੇ ਠੰਡ ਬਹੁਤ ਹੈਗੀ ਆ, ਬਾਹਰ ਧੁੰਦ ਇੰਨੀ ਪਈ ਹੋਈ ਹੈ ਨਾ, ਬਾਹਰ ਧੁੰਦ ਬਹੁਤ ਹੈ। ਆਂਟੀ ਕੰਮ ਲੱਗੇ ਹੋਏ ਨੇ, ਪੱਖਾ ਚੱਲੀ ਜਾਂਦਾ ਹੋਈ ਦੇਖ ਕੇ ਆਵਾਂ ਮੈਂ। ਧੁੰਦ ਇੰਨੀ ਜ਼ਿਆਦਾ ਤਾਂ ਨਹੀਂ ਹੈਗੀ, ਹੈ ਤੇ ਪਰ 12 ਵਜੇ ਤੱਕ ਕੀ ਪਤਾ ਧੁੱਪ ਨਿਕਲ ਜਾਏ। ਚਾਦਰ ਸੋਹਣੀ ਲੱਗ ਰਹੀ, ਮੋਟੇ ਬਾਹਰ ਬਹੁਤ ਠੰਡ। ਬਸ ਗੱਲਾਂ ਬਾਤਾਂ ਮਾਰੋ ਪਾਪਾ ਨਾਲ, ਕਰੋ ਕਰੋ ਗੱਲਾਂ ਕਰੋ ਸੱਚ। ਲੂਣ ਵਾਲੇ ਇਹ ਆਓ, ਆ ਇਹ ਦਿੱਲੀ ਦੇ ਚੌਲ ਆ। ਅੱਛਾ ਨਵਾਂ ਹੀ ਪਾਣੀ ਪਾਉਣਾ? ਅੱਛਾ ਇਹ ਨਵਾਂ ਤਰੀਕਾ, ਠੀਕ ਆ। ਚੌਲ ਬਣਾ ਰਹੇ ਚਾਵਲ, ਇਹ ਗੈਸ ਉਹਨੂੰ ਕਰ ਲਓ ਥੋੜ੍ਹਾ ਜਿਹਾ ਜਰਾ ਕੁ, ਇਹ ਛਿੱਲਣਾ ਉਹਦੇ 'ਚ ਡਸਟਬੀਨ 'ਚ ਸੁੱਟੋ। ਸੀਪਾ ਆ ਗਿਆ ਦੁੱਧ ਲੈ ਕੇ, ਠੀਕ ਆ। ਸੀਪੇ ਇੱਥੇ ਰੱਖਦੇ ਪਤਾ, ਇੱਥੇ ਰੱਖਦੇ, ਇੱਧਰ ਡੋਲ ਦੇਣੀਆਂ ਇਹ ਰਮਣ। ਆ ਸੀਪੇ ਤੋਂ ਦੁੱਧ, ਸੀਪੇ ਆ ਦੁੱਧ ਫੜਦੇ ਰਮਣ, ਰਮਣ ਆ ਦੁੱਧ ਫੜਦੇ ਸੀਪੇ ਤੋਂ, ਕੜਾਹੀ ਪਾਸੇ ਕਰਦੇ, ਕੜਾਹੀ ਪਾਸੇ ਕਰਕੇ ਇਹਦੇ ਧਰਦੇ। ਬਾਕੀ ਨਾ ਮੇਰੀ, ਮੈਂ ਕਿਸੇ ਵੱਲ ਦੇਖ ਕੇ ਕਹਿੰਦੇ ਹੁੰਦੇ ਨਾ ਵੀ ਦਿਨ ਕੱਟਣੇ ਚਾਹੀਦੇ ਆ ਨਾ, ਅਤੇ ਕੱਲ੍ਹ ਨਾ ਭੈਣ ਹੋਣਾ ਨਾਲ ਗੱਲ ਹੋਈ ਆ ਜਲੰਧਰ ਤੋਂ, ਅਤੇ ਉਹ 3 ਭੈਣਾਂ ਹੈਂਡੀਕੈਪ ਹੈ, ਇੱਕ ਉਹਨਾਂ ਦੀ ਭੈਣ ਠੀਕ ਠਾਕ ਆ, ਅਤੇ ਦੋ ਦੀ ਤਾਂ ਜਾਣੀ ਕਿ ਵੀ ਉਹ ਥੱਲੇ ਬਹਿ ਕੇ ਤੁਰਦੇ ਆ, ਹੈਂਡੀਕੈਪ ਆ 2 ਫੁੱਟ ਦੇ, 2 ਫੁੱਟ ਕੱਦ ਦਾ ਦੋਵਾਂ ਦਾ, ਅਤੇ ਇੱਕ ਭੈਣ ਦਾ ਹੈਗਾ 3 ਫੁੱਟ 6 ਇੰਚ, ਅਤੇ ਜੇ ਉਹਨਾਂ ਵੱਲ ਦੇਖ ਗਏ ਤਾਂ ਅਸੀਂ ਜਾਣੀ ਕਿ ਵੀ ਚੰਗੇ ਹਾਂ ਉਹਨਾਂ ਨਾਲੋਂ, ਹੈ ਨਾ, ਅਤੇ ਬਹੁਤ ਸਹੀ ਆ, ਅਤੇ ਚਲੋ ਜੋ ਵੀ ਕਰਨ ਕਰਾਉਣ ਵਾਲਾ ਉਹ ਮਾਹਰ ਆਇਆ।
ਅਤੇ ਨਾ ਉਹ ਭੈਣ ਹੋਣਾ ਦਾ ਨਾ ਚੈਨਲ ਆ ਬੁਲਾਉਂਦਾ ਹੌਂਸਲੇ, ਅਤੇ ਉਹਨਾਂ ਦਾ ਚੈਨਲ ਚਲੋ ਜਿੰਨੀ ਯੁੱਗ ਹੈ ਨਾ ਆਪਾਂ ਨੂੰ ਮਦਦ ਕਰਨੀ ਚਾਹੀਦੀ ਹਰੇਕ ਦੀ, ਭੈਣ ਭਾਈ ਦੀ, ਹੈ ਨਾ। ਅਤੇ ਜਿਵੇਂ ਹੁਣ ਸਾਨੂੰ ਦਿਨ ਤੁਸੀਂ ਪਿਆਰ ਕਰਦੇ ਆ, ਠੀਕ ਹੈ, ਉਨਾ ਹੀ ਪਿਆਰ ਉਹਨਾਂ ਨੂੰ ਦਿਓ, ਹੈ ਨਾ, ਉਹਨਾਂ ਦੀ ਸਪੋਰਟ ਬਣੋ, ਸਾਡੇ ਨਾਲ ਨਾਲ ਸਾਡੇ ਵਲੋਗਾਂ ਦੇ ਨਾਲ ਨਾਲ ਉਹਨਾਂ ਦੇ ਵੀ ਵਲੋਗ ਦੇਖਿਆ ਕਰੋ, ਠੀਕ ਹੈ ਜੀ। ਅਤੇ ਮੈਂ ਗੱਲ ਕੀਤੀ ਸੀ, ਕੱਲ੍ਹ ਵੀ ਗੱਲ ਕੀਤੀ ਸੀ, ਪਰਸੋਂ ਕਿ ਚੌਥੇ ਵੀ ਮੈਨੂੰ ਭੈਣ ਦਾ ਫੋਨ ਆਇਆ ਸੀਗਾ ਉਹਨਾਂ ਦਾ, ਅਤੇ ਉਸ ਦਿਨ ਵੈਸੇ ਮੈਂ ਗਿਆ ਹੋਇਆ ਸੀ ਕਿਤੇ, ਮੈਂ ਕਿਹਾ ਵੀ ਭੈਣੇ ਮੈਂ ਬਾਅਦ 'ਚ ਗੱਲ ਕਰਦਾ, ਚਲੋ ਮੈਂ ਤਾਂ ਗੱਲ ਕੀਤੀ ਉਹਨਾਂ ਨੇ ਦਸ ਮਿੰਟ ਮੇਰੇ ਨਾਲ, ਅਤੇ ਬਾਕੀ ਕੱਲ੍ਹ ਫਿਰ ਫੋਨ ਆਇਆ ਸੀ ਭੈਣ ਦਾ, ਕਹਿੰਦੇ ਵੀ ਭਾਬੀ ਨਾਲ ਗੱਲ ਕਰਨੀ ਹੈ, ਚਲੋ ਮੈਂ ਰਮਨ ਨਾਲ ਵੀ ਗੱਲ ਕਰਾਈ ਉਹਨਾਂ ਦੀ। ਅਤੇ ਤੁਸੀਂ ਉਹਨਾਂ ਦੀ ਵੀ ਸਾਡੇ ਨਾਲ ਨਾਲ ਉਹਨਾਂ ਦੀ ਵੀ ਸਪੋਰਟ ਕਰੋ, ਹੈ ਨਾ, ਉਹਨਾਂ ਦਾ ਵੀ ਚੈਨਲ ਸਬਸਕ੍ਰਾਈਬ ਕਰੋ, ਅਤੇ ਜਿਵੇਂ ਸਾਡੇ ਬਲੌਗ ਵੇਖਦੇ ਆ ਉਹਨਾਂ ਦੇ ਵੀ ਸਾਡੇ ਨਾਲ ਹੀ ਉਹਨਾਂ ਦੇ ਬਲੌਗ ਵੀ ਵੇਖੋ ਤੁਸੀਂ, ਹੈ ਨਾ। ਅਤੇ ਚਲੋ ਕਿਸੇ ਦਾ ਕਰ ਭਲਾ ਹੋ ਭਲਾ ਕਹਿੰਦੇ ਹੁੰਦੇ ਨਾ, ਭਲਾ ਕਰਨਾ ਚਾਹੀਦਾ, ਹੈਲਪ ਕਰਨੀ ਚਾਹੀਦੀ, ਐਡਿਟ ਕੀਤੀ ਵੀ ਆ ਸਾਡੀ ਵਿੱਚ, ਅਤੇ ਤੁਸੀਂ ਦੇਖ ਸਕਦੇ ਆ ਕਿਹੜੇ ਹਾਲਾਤ ਆ ਭੈਣਾਂ ਦੇ, ਹੈ ਨਾ, ਉਹਨਾਂ ਦੇ, ਅਤੇ ਸਾਡੇ ਨਾਲ ਨਾਲ ਉਹਨਾਂ ਦੀ ਵੀ ਸਪੋਰਟ ਬਣੋ ਤੁਸੀਂ, ਠੀਕ ਹੈ ਜੀ। ਮੈਂ ਇੰਨਾ ਹੀ ਉਹਨਾਂ ਦੇ ਵੀ ਵਲੌਗਸ ਦੇਖਿਆ ਕਰੋ, ਸਾਡੇ ਵਲੌਗਸ ਦੇ ਨਾਲ ਨਾਲ ਉਹਨਾਂ ਦੇ ਵੀ ਵਲੌਗ ਦੇਖਿਆ ਕਰੋ, ਤਾਂ ਕਿ ਉਹਨਾਂ ਦੀ ਵੀ ਸਪੋਰਟ ਬਣ ਸਕੇ, ਹੈ ਨਾ। ਤੁਹਾਡੇ ਜ਼ਰੀਏ ਹੀ ਹੈ ਸਾਰਿਆਂ ਦੀ, ਉਹਨਾਂ ਦੀ ਵੀ ਹੈਲਪ ਹੋ ਸਕਦੀ ਹੈ। ਬਾਕੀ ਤੁਸੀਂ ਉਹਨਾਂ ਦਾ ਇੰਟਰਵਿਊ ਵੀ ਦੇਖੇ ਹੋਣਗੇ, ਇੱਕ ਅੱਧੇ ਦੋ ਚੈਨਲਾਂ 'ਤੇ ਆਏ ਹੋਏ ਨੇ, ਕਿਉਂਕਿ ਉਹਨਾਂ ਨੇ ਦੱਸਿਆ ਸੀ ਸਾਡਾ ਇੰਟਰਵਿਊ ਹੋਇਆ, ਅਤੇ ਉਹਨਾਂ ਦੀ ਆਪਾਂ ਵੀਡੀਓ ਉਹਨਾਂ ਤੋਂ ਮੰਗਵਾਈ ਸੀ, ਅਤੇ ਤੁਸੀਂ ਉਹਨਾਂ ਦੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਉਹ ਤਿੰਨ ਭੈਣਾਂ ਕਿਹੜੇ ਨੇ, ਹੈ ਨਾ। ਅਤੇ ਅਸੀਂ ਉਹਨਾਂ ਦੀ ਵੀਡੀਓ ਪਾਵਾਂਗੇ, ਅਤੇ ਤੁਸੀਂ ਦੇਖ ਕੇ ਦੱਸਿਓ ਜ਼ਰੂਰ ਉਹਨਾਂ ਦਾ, ਅਤੇ ਵਲੌਗ ਉਹਨਾਂ ਦੇ ਸਬਸਕ੍ਰਾਈਬ ਕਰਿਓ ਚੈਨਲ ਨੂੰ, ਬੁਲੰਦ ਹੌਂਸਲੇ ਉਹਨਾਂ ਦੇ ਚੈਨਲ ਦਾ ਨਾਮ ਹੈਗਾ। ਅਤੇ ਬਸ ਕਿਸੇ ਦਾ ਭਲਾ ਹੀ ਹੋ ਸਕਦਾ ਹੈ, ਹੈ ਨਾ, ਪਰਮਾਤਮਾ ਕਰੇ ਅਤੇ ਉਹਨਾਂ ਦੀ ਵੀ ਹੈਲਪ ਹੋ ਜਾਵੇ, ਵਧੀਆ ਹੋ ਜਾਵੇ, ਉਹਨਾਂ ਦਾ ਵੀ ਚੈਨਲ ਚੱਲ ਪਏ, ਅਤੇ ਆਪਣਾ ਘਰ ਦੇ ਵਿੱਚ ਸਾਰੇ ਖੁਸ਼ ਹੋ ਕੇ ਰਹਿਣ, ਹੈ ਨਾ। ਚਲੋ ਉਹਨਾਂ ਦੇ ਵੀ ਅਸੀਂ ਨਾ ਵਾਹਿਗੁਰੂ ਮੂਹਰੇ ਅਰਦਾਸ ਕਰਦੇ ਹਾਂ ਵੀ ਜਿੰਨਾ ਚਿਰ ਸਾਡੇ ਸਾਹ ਚੱਲਣ ਅਸੀਂ ਕਿਸੇ ਦਾ ਸਾਥ ਦਿੰਦੇ ਰਹੀਏ ਅਤੇ ਭਲਾਈ ਕਰਦੇ ਰਹੀਏ, ਠੀਕ ਹੈ। ਅਤੇ ਦੁਆਵਾਂ ਹੀ ਆਖਰ ਨੂੰ ਕੰਮ ਆਉਂਦੀਆਂ, ਅੱਜ ਦੁਆਵਾਂ ਦਾ ਅਸਰ ਆ, ਰਮਨ ਮੇਰੇ ਨਾਲ ਆ ਅਤੇ ਆਪਣਾ ਜਪਨੂਰ ਨਾਲ ਆ, ਇਹ ਦੁਆਵਾਂ ਦਾ ਅਸਰ ਆ, ਹੈ ਨਾ, ਦੁਆਵਾਂ ਕੰਮ ਆਉਂਦੀਆਂ, ਤੁਹਾਨੂੰ ਮੈਂ ਅੱਗੇ ਵੀ ਕਈ ਵਾਰ ਕਿਹਾ ਗਾ। ਅਤੇ ਬਾਕੀ ਚਲੋ ਜੀ, ਕੱਲ੍ਹ ਨੂੰ ਅਗਲੇ ਵਲੌਗ ਦੇ ਨਾਲ ਮਿਲਦੇ ਹਾਂ, ਮੈਂ ਜਪਨੂਰ ਔਰ ਰਮਨ, ਅਤੇ ਅੱਜ ਸਾਨੂੰ ਦਿਓ ਆਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਯੂਟਿਊਬ ਫੈਮਲੀ ਨੂੰ, ਅਸੀਂ ਤਿੰਨੋਂ ਸਿਸਟਰ, ਸਾਡਾ ਚੈਨਲ ਸੀ ਆਰ ਕੇ ਰਲ, ਅਤੇ ਅਸੀਂ ਹੁਣ ਚੈਨਲ ਦਾ ਨਾਮ ਚੇਂਜ ਕਰਕੇ ਰੱਖਿਆ ਜੀ ਬੁਲੰਦ ਹੌਂਸਲੇ। ਅਤੇ ਬੁਲੰਦ ਹੌਂਸਲੇ 'ਤੇ ਅਸੀਂ ਵਲੌਗ ਵਗੈਰਾ ਪਾਉਂਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰੋ, ਅਤੇ ਅਸੀਂ ਥੈਂਕਸ ਕਰਦੇ ਹਾਂ ਭਾਜੀ ਹੁਣਾਂ ਦਾ, ਇੱਕ ਅਨੋਖੀ ਜੋੜੀ ਵਾਲਿਆਂ ਦਾ, ਉਹਨਾਂ ਨੇ ਸਾਡਾ ਚੈਨਲ ਦੇਖ ਕੇ ਔਰ ਸਾਨੂੰ ਸਬਸਕ੍ਰਾਈਬ ਕੀਤਾ ਔਰ ਸਾਡੇ ਨਾਲ ਕੰਟੈਕਟ ਕੀਤਾ, ਥੈਂਕ ਯੂ ਭਾਜੀ, ਥੈਂਕ ਯੂ ਦੀ ਰਮਨ ਦੀਦੀ, ਅਸੀਂ ਬਹੁਤ ਤੁਹਾਡਾ ਥੈਂਕਸ ਕਰਦੇ, ਤੁਸੀਂ ਸਾਨੂੰ ਪਸੰਦ ਕੀਤਾ। ਅਤੇ ਮੈਂ ਬਾਕੀ ਵੀ ਯੂਟਿਊਬ ਦੇ ਜਿਹੜੇ ਫੇਮਸ ਸਾਡੇ ਸਾਰੇ ਸਟਾਰ ਹੈਗੇ ਆ, ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਸਾਡੀ ਚੈਨਲ ਨੂੰ ਜਿਹੜਾ ਆ ਸਬਸਕ੍ਰਾਈਬ ਕਰੋ, ਅਤੇ ਸਾਡੀ ਵੀ ਪ੍ਰਮੋਸ਼ਨ ਹੋ ਜਾਏਗੀ। ਬਾਕੀ ਤੁਸੀਂ ਸਾਡਾ ਚੈਨਲ, ਮੈਂ ਇੱਕ ਵਾਰ ਫਿਰ ਤੋਂ ਬੋਲ ਦਿੰਦੀ ਹਾਂ, ਬੁਲੰਦ ਹੌਂਸਲੇ ਸਾਡਾ ਚੈਨਲ ਆ, ਅਤੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ। ਥੈਂਕ ਯੂ ਭਾਜੀ ਅਨੋਖੀ ਜੋੜੀ, ਤੁਸੀਂ ਸਾਡਾ ਚੈਨਲ ਨੂੰ ਸਪੋਰਟ ਕੀਤਾ।